ਪੰਜਾਬੀਆਂ ਨੇ ਮਨ ਬਣਾ ਲਿਆ। ਪੰਜਾਬ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਆ। ਪੰਜਾਬ 'ਚ ਵੈਲਫੇਅਰ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਗੂ ਕਰੀਆਂ। ਦੋ ਵਾਰੀ ਠੱਗੀ ਮਾਰ ਕੇ ਪੰਜਾਬ 'ਚ ਸਰਕਾਰਾਂ ਬਣੀਆਂ ਜਿਹੜੀ ਆਪਣੇ ਵਰਦਿਆਂ ਤੋਂ ਬਣਦੇ ਹੀ ਮੁੱਕਰ ਗਈਆਂ। ਸੋ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹ ਵੀ ਦਲ ਬਦਲੂ ਆ, ਬੀਜੇਪੀ ਦਾ ਵੀ ਦਲ ਬਦਲੂ ਆ, ਅਤੇ ਝਾੜੂ ਵਾਲਿਆਂ ਦੇ ਪੱਲੇ ਕੱਖ ਨਹੀਂ ਰਿਹਾ। ਜਿਹੜੇ ਮਹਿਲਾਂ ਵਾਲੇ ਕਹਿੰਦੇ ਤੇ ਵੀ ਸਾਡਾ ਤਾਂ ਕੋਈ ਮੁਕਾਬਲਾ ਹੀ ਨਹੀਂ, ਅਸੀਂ ਘਰ 'ਚ ਬੈਠ ਕੇ ਜਿੱਤ ਜਾਂਗੇ, ਜਿਹੜੇ ਨਾ ਵੋਟ ਮੰਗਣ ਆਉਂਦੇ ਤੇ ਨਾ ਵੋਟਾਂ ਤੋਂ ਬਾਅਦ ਧੰਨਵਾਦ ਕਰਨ ਆਉਂਦੇ ਤੇ ਅੱਜ ਧੁੱਪਾਂ 'ਚ ਪਿੰਡਾਂ 'ਚ ਘੁੰਮ ਰਹੇ ਹਾਂ। ਕਿਸ ਚੀਜ਼ ਤੋਂ ਪ੍ਰਭਾਵਿਤ ਹੋਏ ਸੀਗੇ ਅਤੇ ਕੀ ਚੈਲੰਜਸ ਅੱਡ ਅੱਡ ਦੇਖਦੇ ਹੋ ਹਰੇਕ ਤਰ੍ਹਾਂ ਦੀਆਂ ਚੋਣਾਂ 'ਚ? ਜੋ ਜ਼ਿੰਮੇਵਾਰੀ ਮੈਨੂੰ ਮਿਲੀ ਨਾ, ਇੱਕ ਸੇਵਾਦਾਰ ਦੀ ਤਰ੍ਹਾਂ, ਸੋਸ਼ਲ ਵਰਕਰ ਦੀ ਤਰ੍ਹਾਂ ਨਿਭਾਈ ਆ। ਸੋ ਮੈਂ ਤਾਂ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਸਰਪੰਚ ਤੋਂ ਚੱਕ ਕੇ, ਜ਼ਮੀਨ ਤੋਂ ਚੱਕ ਕੇ ਅਸਮਾਨ 'ਤੇ ਪਹੁੰਚਾਇਆ। ਭਗਵੰਤ ਮਾਨ ਇਹ ਕਹਿੰਦੇ ਨੇ ਵੀ ਇੱਕ ਵੀ ਸੀਟ ਨਹੀਂ ਆ ਰਹੀ ਹੈਗੀ, ਤੁਸੀਂ ਕਿਵੇਂ ਦੇਖਦੇ ਹੋ 13 ਸੀਟਾਂ 'ਤੇ ਅਕਾਲੀ ਦਲ ਕਿਸ ਤਰ੍ਹਾਂ ਦੇ ਨਾਲ ਉੱਭਰ ਰਿਹਾ? ਪੰਜਾਬ ਦੇ ਲੋਕਾਂ ਨਾਲ ਦੋ ਵਾਰੀ ਧੋਖਾ ਹੋਇਆ, ਕਦੇ 1000 ਰੁਪਏ ਦੇ ਨਾਂ 'ਤੇ, ਕਦੇ ਘਰ ਘਰ ਨੌਕਰੀ ਅਤੇ ਕਰਜ਼ੇ ਮਾਫੀ ਦੇ ਨਾਂ 'ਤੇ। ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ, ਪਟਿਆਲਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਚੋਣ ਪ੍ਰਚਾਰ ਕਰ ਰਹੇ ਨੇ, ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਚੱਲ ਰਿਹਾ। ਸ਼ਰਮਾ ਜੀ, ਦਿਨ ਨੇੜੇ ਆ ਰਿਹਾ 1 ਜੂਨ ਦਾ, ਅਤੇ ਕੀ ਤਿਆਰੀਆਂ ਨੇ, ਕਿਵੇਂ ਦਾ ਹੁੰਗਾਰਾ ਮਿਲ ਰਿਹਾ ਲੋਕਾਂ ਤੋਂ? ਦੇਖੋ 3:15 ਵਜੇ ਹੋਏ ਅੱਜ ਦਿਨ ਦੇ ਔਰ 46 ਡਿਗਰੀ ਟੈਂਪਰੇਚਰ ਹੈ। ਆਹ ਤੁਸੀਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਪਿੰਡਾਂ ਤੋਂ ਲੋਕ ਨਿਕਲ ਕੇ ਮੈਨੂੰ ਸਮਰਥਨ ਦੇਣ ਵਾਸਤੇ ਆਏ, ਮੈਨੂੰ ਆਸ਼ੀਰਵਾਦ ਦੇਣ ਵਾਸਤੇ ਆਏ। ਸੋ ਮੈਂ ਇਹ ਮਹਿਸੂਸ ਕਰਦਾ ਕਿ ਪੰਜਾਬੀਆਂ ਨੇ ਮਨ ਬਣਾ ਲਿਆ, ਪੰਜਾਬ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਪੰਜਾਬ ਦਾ ਭਲਾ ਕਰ ਸਕਦੀ ਆ। ਪੰਜਾਬ ਦੀ ਡਿਵੈਲਪਮੈਂਟ, ਪੰਜਾਬ 'ਚ ਵੈਲਫੇਅਰ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਲਾਗੂ ਕਰੀਆਂ। ਦੋ ਵਾਰੀ ਠੱਗੀ ਮਾਰ ਕੇ ਪੰਜਾਬ 'ਚ ਸਰਕਾਰਾਂ ਬਣੀਆਂ ਜਿਹੜੀ ਆਪਣੇ ਵਰਦਿਆਂ ਤੋਂ ਬਣਦੇ ਹੀ ਮੁੱਕਰ ਗਈਆਂ। ਸੋ ਅੱਜ ਪੰਜਾਬੀਆਂ ਨੇ ਮਨ ਬਣਾ ਲਿਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਪੰਜਾਬ 'ਚ ਲਿਆਉਣਾ ਹੈ। ਸੋ ਮੈਂ ਸਮਝਦਾ ਕਿ ਮੇਰਾ ਕਿਤੇ ਮੁਕਾਬਲੇ ਵਾਲੀ ਗੱਲ ਨਹੀਂ ਲੱਗਦੀ। 450 ਮੀਟਿੰਗਾਂ ਮੈਂ ਕਰ ਚੁੱਕਿਆ, ਮੇਰੇ ਵਿਰੋਧੀ 30-40 ਦੇ ਬੈਠੇ ਹੈਗੇ ਆ। ਸੋ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹ ਵੀ ਦਲ ਬਦਲੂ ਆ, ਬੀਜੇਪੀ ਦਾ ਵੀ ਦਲ ਬਦਲੂ ਆ, ਅਤੇ ਝਾੜੂ ਵਾਲਿਆਂ ਦੇ ਪੱਲੇ ਕੱਖ ਨਹੀਂ ਰਿਹਾ। ਸੋ ਪੰਜਾਬ ਦੇ ਲੋਕਾਂ ਨੇ ਕਿਰਦਾਰ ਔਰ ਕਾਰਗੁਜ਼ਾਰੀ 'ਤੇ ਵੋਟਾਂ ਪਾਉਣਗੇ। ਕਾਰਗੁਜ਼ਾਰੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਬੈਸਟ ਆ, ਮੇਰੀ ਕਾਰਗੁਜ਼ਾਰੀ ਤੁਸੀਂ ਦੇਖੋ ਮੋਹਾਲੀ ਸ਼ਹਿਰ ਦੀ ਡਿਵੈਲਪਮੈਂਟ, ਡੇਰਾ ਵਸੀ ਏਰੀਏ ਦੀ ਡਿਵੈਲਪਮੈਂਟ। ਮੇਰਾ ਕਿਰਦਾਰ 30 ਸਾਲ ਤੋਂ ਇੱਕੋ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਚ ਆ, ਜਿਹੜੀ ਸੇਵਾ ਮਿਲੀ ਪੂਰੀ ਇਮਾਨਦਾਰੀ ਨਾਲ ਕਰੀ ਆ। ਸੋ ਲੋਕ ਮੈਨੂੰ ਮੇਰੇ ਇਲਾਕੇ ਦਾ ਵੀ ਪਿਆਰ ਆ, ਕਾਰਗੁਜ਼ਾਰੀ ਵੀ ਆ, ਸੋ ਇਹ ਕਿਰਦਾਰ ਵੀ ਆ, ਇਹ ਸਾਰੇ 'ਤੇ ਮੈਂ ਸਮਝਦਾ ਕਿ ਸਾਰੀ ਪਾਰਟੀਆਂ ਦੀ ਜ਼ਮਾਨਤ ਜ਼ਬਤ ਹੋ ਗਈ। ਜਿਸ ਤਰ੍ਹਾਂ ਦੇ ਨਾਲ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਤੁਹਾਡੇ ਵਿਰੋਧੀਆਂ ਵੱਲੋਂ, ਇੱਕ ਪਾਸੇ ਮੁੱਖ ਮੰਤਰੀ ਆ ਰਹੇ ਨੇ, ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਕੱਲ੍ਹ ਆ ਕੇ ਗਏ ਆ ਬੀਜੇਪੀ ਦੇ ਹੱਕ ਦੇ ਵਿੱਚ, ਲੱਗਦਾ ਨਹੀਂ ਵੀ ਬੜਾ ਇੱਕ ਚੈਲੰਜ ਰਹੂਗਾ ਤੁਹਾਡੇ ਲਈ? ਚੈਲੰਜ ਕੋਈ ਨਹੀਂ ਜੀ, ਇਸ ਤੋਂ ਵੱਡੀ ਅਚੀਵਮੈਂਟ ਕਿਆ ਹੋਊਗੀ? ਜਿਹੜੇ ਮਹਿਲਾਂ ਵਾਲੇ ਕਹਿੰਦੇ ਤੇ ਵੀ ਸਾਡਾ ਤਾਂ ਕੋਈ ਮੁਕਾਬਲਾ ਹੀ ਨਹੀਂ, ਅਸੀਂ ਘਰ 'ਚ ਬੈਠ ਕੇ ਜਿੱਤ ਜਾਂਗੇ, ਜਿਹੜੇ ਨਾ ਵੋਟ ਮੰਗਣ ਆਉਂਦੇ ਤੇ ਨਾ ਵੋਟਾਂ ਤੋਂ ਬਾਅਦ ਧੰਨਵਾਦ ਕਰਨ ਆਉਂਦੇ ਤੇ ਅੱਜ ਧੁੱਪਾਂ 'ਚ ਪਿੰਡਾਂ 'ਚ ਘੁੰਮ ਰਹੇ ਹਾਂ। ਉਹਨਾਂ ਨੂੰ ਜ਼ਰੂਰਤ ਮਹਿਸੂਸ ਹੋਈ ਮੇਰੇ ਖਿਲਾਫ਼ ਕੰਪੇਨ ਕਰਵਾਉਣ ਵਾਸਤੇ, ਪ੍ਰਧਾਨ ਮੰਤਰੀ ਦੇ ਇਸ ਦੇ ਨੂੰ ਬੁਲਾ ਕੇ ਉਹਨਾਂ ਨੇ ਕੰਪੇਨ ਕਰਵਾਈ। ਇਟ ਮੀਨਸ ਕਿ ਉਹ ਸਮਝ ਚੁੱਕੇ ਹਾਂ ਵੀ ਅਸੀਂ ਗਰਾਊਂਡ ਖਤਮ ਹੋ ਗਏ।
ਅੱਛਾ ਮੁੱਦੇ ਕਿਹੜੇ ਨੇ ਜਿਨ੍ਹਾਂ 'ਤੇ ਤੁਸੀਂ ਲੜ ਰਹੇ ਹੋ ਚੋਣ, ਮੇਨਲੀ ਜਿਹੜੇ ਮੁੱਦੇ ਪਟਿਆਲਾ ਹਲਕਾ ਤੁਸੀਂ ਸਮਝਦੇ ਹੋ? ਗੱਲ ਤਾਂ ਸਟੇਟ ਦੇ ਹੱਕਾਂ ਦੀ ਲੜਾਈ ਆ, ਕਿਸਾਨਾਂ ਦਾ ਮੁੱਦਾ ਆ, ਬੰਦੀ ਸਿੰਘਾਂ ਦਾ ਮੁੱਦਾ ਆ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਆ, ਗੁਰੂ ਧਾਮਾਂ 'ਚ ਦਖਲ ਦਾ ਜੀ ਉਹਦੀ ਗੱਲਬਾਤ ਹੈਗੀ ਆ, ਫਿਰ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਆ, ਬੇਰੁਜ਼ਗਾਰੀ ਦੀ ਗੱਲ ਆ, ਇਨਫਰਾਸਟਰਕਚਰ ਦੀ ਗੱਲ ਆ, ਇੰਡਸਟਰੀਲਿਸਟਾਂ ਨੂੰ ਬੁਲਾਉਣ ਦੀ ਗੱਲ ਆ, ਮਾਹੌਲ ਵਧੀਆ ਬਣਾਉਣ ਦੀ ਲੋੜ ਆ। ਸੋ ਅੱਜ ਐਕਸਟੋਰਸ਼ਨ ਕਤਲ ਕਿੰਨਾ ਕੁਛ ਹੋ ਰਿਹਾ, ਫਿਰ ਨਸਿਆਂ ਨੇ ਸਾਡਾ ਪੰਜਾਬ ਘਰ ਘਰ ਨਸ਼ਾ ਜਿਹੜਾ ਵਿਖਰਿਆ, ਇਹ ਸਾਰੇ ਮੁੱਦੇ ਇਹਨਾਂ ਚੋਣਾਂ 'ਚ ਹੈਗੇ ਆ ਜੀ। ਥੈਂਕ ਯੂ। ਸੋ ਗੱਲਬਾਤ ਜਾਰੀ ਰੱਖਾਂਗੇ ਐਨ ਕੇ ਸ਼ਰਮਾ ਜੀ ਨਾਲ। ਸ਼ਰਮਾ ਜੀ, ਤੁਸੀਂ ਦੱਸ ਰਹੇ ਸੀਗੇ ਵੀ ਸਰਪੰਚੀ ਦੀ ਚੋਣ ਲੜੀ ਹੈ, MLA ਦੀ ਵੀ ਲੜੀ ਹੈ, MP ਦੀ ਲੜਨ ਜਾ ਰਹੇ ਹੋ, ਕਿਵੇਂ ਦੇਖਦੇ ਹੋ ਸਫ਼ਰ, ਕਿਸ ਚੀਜ਼ ਤੋਂ ਪ੍ਰਭਾਵਿਤ ਹੋਏ ਸੀਗੇ ਅਤੇ ਕੀ ਚੈਲੰਜਸ ਅੱਡ ਅੱਡ ਦੇਖਦੇ ਹੋ ਹਰੇਕ ਤਰ੍ਹਾਂ ਦੀਆਂ ਚੋਣਾਂ 'ਚ? ਇਹ ਪਰਮਾਤਮਾ ਦੀ ਕਿਰਪਾ ਆ ਕਿ ਅੱਜ ਤੱਕ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਈ ਆ। ਤੁਸੀਂ ਮੋਹਾਲੀ ਦੀ ਡਿਵੈਲਪਮੈਂਟ ਸਾਰੀ ਦੇਖ ਲਿਓ, ਕਿੱਡੇ ਕਿੱਡੇ ਨੇਚਰ ਪਾਰਕ ਬਣੇ, ਸਟੇਡੀਅਮ ਬਣੇ, ਰੋਡ ਚੌੜੀ ਹੋਈ, ਪਿੰਡਾਂ 'ਚ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ ਬਣਾਏ, ਡੇਰਾਵਸੀ ਦੀ ਟੋਟਲ ਡਿਵੈਲਪਮੈਂਟ, ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ, ਜੀਰਕਪੁਰ ਡੇਰਾਵਸੀ ਲਾਲੜੂ ਦੀ ਡਿਵੈਲਪਮੈਂਟ ਸਾਰੀ, ਫਿਰ ਗਰੀਬਾਂ ਵਾਸਤੇ ਲੈਟਰਿੰਗਾਂ ਮਕਾਨ, ਇਹਨੀ ਮਤਲਬ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਨਾ ਇੱਕ ਸੇਵਾਦਾਰ ਦੀ ਤਰ੍ਹਾਂ, ਸੋਸ਼ਲ ਵਰਕਰ ਦੀ ਤਰ੍ਹਾਂ ਨਿਭਾਈ ਆ। ਕਰੋਨਾ 'ਚ ਮੈਂ ਆਪਣੇ ਫਾਰਮ ਨੂੰ ਹਸਪਤਾਲ ਬਣਾਇਆ ਅਤੇ ਉੱਥੇ 1000 ਮਰੀਜ਼ ਠੀਕ ਹੋ ਕੇ ਗਏ, ਖਾਣਾ ਪੀਣਾ ਦਵਾਈਆਂ ਸਭ ਕੁਛ ਠੀਕ ਕਰਿਆ ਹੈਗਾ। ਸੋ ਉਹਦਾ ਲੋਕ ਅੱਜ ਰਿਕਾਰਡ ਕਰ ਰਹੇ ਹਾਂ, ਤੁਸੀਂ ਦੇਖੋ ਵੀ 45-46 ਡਿਗਰੀ ਟੈਂਪਰੇਚਰ 'ਚ ਲੋਕ ਅੱਜ ਪਿੰਡਾਂ ਤੋਂ ਨਿਕਲ ਕੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਆ ਰਹੇ ਹਾਂ। ਸੋ ਮੈਂ ਤਾਂ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਔਰ ਸਾਰੇ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਸਰਪੰਚ ਤੋਂ ਚੱਕ ਕੇ, ਜ਼ਮੀਨ ਤੋਂ ਚੱਕ ਕੇ ਅਸਮਾਨ 'ਤੇ ਪਹੁੰਚਾਇਆ। ਅੱਜ ਅਕਾਲੀ ਦਲ ਬੜਾ ਸੰਘਰਸ਼ ਕਰ ਰਿਹਾ ਜੀ, ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਚੋਣਾਂ ਨੂੰ? ਭਗਵੰਤ ਮਾਨ ਇਹ ਕਹਿੰਦੇ ਨੇ ਵੀ 1 ਸੀਟ ਨਹੀਂ ਆ ਰਹੀ ਹੈਗੀ, ਤੁਸੀਂ ਕਿਵੇਂ ਦੇਖਦੇ ਹੋ 13 ਸੀਟਾਂ 'ਤੇ ਅਕਾਲੀ ਦਲ ਕਿਸ ਤਰ੍ਹਾਂ ਦੇ ਨਾਲ ਉੱਭਰ ਰਿਹਾ? ਪੰਜਾਬ ਦੇ ਲੋਕਾਂ ਨਾਲ 2 ਵਾਰੀ ਧੋਖਾ ਹੋਇਆ, ਕਦੇ 1000 ਰੁਪਏ ਦੇ ਨਾਂ 'ਤੇ, ਕਦੇ ਘਰ ਘਰ ਨੌਕਰੀ ਅਤੇ ਕਰਜ਼ੇ ਮਾਫੀ ਦੇ ਨਾਂ 'ਤੇ। ਸੋ ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ਪੰਜਾਬ ਨੂੰ ਲੁੱਟਿਆ ਗਿਆ, ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਾਂ। ਇਹੀ ਕਾਰਨ ਆ ਕਿ ਪੰਜਾਬ ਦੇ ਅਸਲੀ ਅਤੈਚੀ ਕੌਣ ਆ, ਹੁਣ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਆ। ਪੰਜਾਬ 'ਚ ਸੜਕਾਂ, ਏਅਰਪੋਰਟ, ਥਰਮਲ ਪਲਾਂਟ, ਲੋਕ ਭਲਾਈ ਦੀਆਂ ਸਕੀਮਾਂ ਕਿਹਨੇ ਲਾਗੂ ਕਰੀਆਂ, ਇਹ ਵੀ ਲੋਕ ਚੰਗੀ ਤਰ੍ਹਾਂ ਸਮਝ ਗਏ ਹਾਂ। ਅਸੀਂ 13 ਹੀ ਸੀਟਾਂ ਜਿੱਤਾਂਗੇ ਅਤੇ ਮੈਂ ਚੈਲੰਜ ਨਾਲ ਕਹਿੰਦਾ ਹੈਗਾ ਭਗਵੰਤ ਮਾਨ ਨੂੰ, ਜੇ 1 ਸੀਟ ਵੀ ਜਿੱਤ ਜੇ ਨਾ ਤਾਂ ਹੀ ਕਹਿ ਦਿਓ। ਤੁਸੀਂ ਇਹ ਕਹਿੰਦੇ ਹੋ ਵੀ ਅਕਾਲੀ ਦਲ ਖੇਤਰੀ ਪਾਰਟੀ, ਇਹਨੂੰ ਮੌਕਾ ਦਿਓ ਅਸੀਂ ਕੰਮ ਕਰਾਵਾਂਗੇ। ਕੱਲ੍ਹ ਮੋਦੀ ਸਾਹਿਬ ਇਹ ਕਹਿ ਗਏ ਵੀ ਸੱਤਾ 'ਚ ਅਸੀਂ ਆਉਣਾ ਅਤੇ ਜੇ ਸਾਨੂੰ ਮੌਕਾ ਦਿਓਗੇ ਤਾਂ ਹੀ ਪੰਜਾਬ ਦੀ ਤਰੱਕੀ ਹੋਊਗੀ, ਹੁਣ ਤੱਕ ਤਾਂ ਹੋਈ ਨਹੀਂ ਪੰਜਾਬ ਦੀ ਤਰੱਕੀ, ਕਹਿੰਦੇ ਇਸੇ ਹੰਕਾਰ ਨੇ ਮਾਰੇ ਹੈਗੇ ਆ। ਇਹੀ ਹੰਕਾਰ ਮਹਾਰਾਣੀ ਪ੍ਰਨੀਤ ਕੌਰ 'ਚ ਤਾਂ ਜਦ ਮੈਂ ਕੰਪੇਨ ਸ਼ੁਰੂ ਕਰੀ ਨਾ ਜੀ, ਸਾਰੇ ਥਾਪੀਆਂ ਮਾਰ ਮਾਰ ਕੇ ਕਹਿੰਦੇ ਤੇ ਵੀ ਅਸੀਂ ਮਹਿਲਾਂ 'ਚ ਪੈਦਾ ਹੋਏ ਹਾਂ, ਅਸੀਂ 20-20 ਸਾਲ MP ਰਹੇ ਹਾਂ, ਸਾਨੂੰ ਕੌਣ ਹਰਾਊਗਾ। ਹੁਣ ਤੁਸੀਂ ਦੇਖੋ ਵੀ ਇਹ ਮੇਰੀ ਅਚੀਵਮੈਂਟ ਆ, ਮਹਾਰਾਜਾ ਨੂੰ ਨਰਿੰਦਰ ਮੋਦੀ ਨੂੰ ਆਪਣੀ ਕੰਪੇਨ ਵਾਸਤੇ ਬੁਲਾਉਣਾ ਪਿਆ, ਮਤਲਬ ਜ਼ਮੀਨ ਜਿਹੜੀ ਆ ਖਿਸਕ ਗਈ ਹੈਗੀ ਆ। ਸੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੂਗਾ, ਲੋਕ ਮੇਰਾ ਕਿਰਦਾਰ ਔਰ ਮੇਰੀ ਕਾਰਗੁਜ਼ਾਰੀ ਜੱਜ ਕਰਕੇ ਵੋਟਾਂ ਪਾਉਣਗੇ, ਤੁਸੀਂ ਰਿਜ਼ਲਟ ਦੇਖਿਓ। ਅੱਛਾ ਮਾਨ ਸਾਹਿਬ, ਕਿੱਕਲੀ ਸੁਣਾ ਕੇ ਜੋ ਅਕਾਲੀ ਦਲ ਦਾ ਮਜ਼ਾਕ ਉਡਾ ਰਹੇ ਆ ਜੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਸ ਤਰ੍ਹਾਂ ਦੇ ਨਾਲ ਕਿੱਕਲੀ ਸੁਣਾ ਰਹੇ ਅਕਾਲੀ ਦਲ ਬਾਰੇ ਬੋਲ ਰਹੇ ਆ ਮਾਨ ਸਾਹਿਬ ਜੀ, ਪੰਜਾਬ ਦੇ ਲੋਕਾਂ ਨੂੰ ਪਤਾ ਇੱਕ ਬਹੁਤ ਬੜਾ ਕਮੇਡੀਅਨ ਹੈਗਾ, ਉਹਨੂੰ ਕਮੇਡੀ ਤੋਂ ਸਿਵਾਏ ਕੁਛ ਨਹੀਂ ਆਉਂਦੇ, ਜਾਂ ਵਿਆਹ ਕਰਵਾਉਣੇ ਦੂਸਰੇ, ਜਾਂ ਕਮੇਡੀਆਂ ਕਰਨੀ, ਲੋਕਾਂ ਨੂੰ ਮੂਰਖ ਬਣਾਉਣਾ, ਪੰਜਾਬ ਦਾ ਬੇੜਾ ਗਰਕ ਕਰਦਿਆ ਇਸ ਇਨਸਾਨ ਨੇ। ਸੋ ਹੁਣ ਪੰਜਾਬ ਦੇ ਲੋਕ ਇਹਨੂੰ ਕਿੱਕਲੀ ਪਵਾਉਣਗੇ, ਤੁਸੀਂ ਦੇਖਿਓ ਆ ਵੋਟਰ। ਆਖਰੀ ਸਵਾਲ, ਮੁਕਾਬਲਾ ਡਾਕਟਰ ਗਾਂਧੀ ਨਾਲ ਜ਼ਿਆਦਾ ਦੇਖ ਰਹੇ ਹੋ ਜਾਂ ਡਾਕਟਰ ਬਲਬੀਰ ਸਿੰਘ ਨਾਲ? ਜਾਂ ਮੁਕਾਬਲਾ ਤਾਂ ਹੋਏ ਜੇ ਬਰਾਬਰ ਨਾ ਕੰਪੇਨ ਹੋਏ, ਮੀਟਿੰਗਾਂ ਹੋਣ, ਰੈਲੀਆਂ ਹੋਣ, ਲੋਕ ਆਉਣ,
ਸੋ ਅਜੇ ਤਾਂ ਮੈਂ ਇਕੱਲਾ ਹੀ ਭਲਵਾਨੀ ਚੱਕਰ ਲਾ ਰਿਹਾ, 450 ਮੀਟਿੰਗਾਂ ਮੈਂ ਕਰ ਲਈਆਂ, ਮੇਰੇ ਵਿਰੋਧੀ 40 ਵੀ ਨਹੀਂ ਕਰ ਸਕੇ, ਲੋਕ ਹੀ ਨਹੀਂ ਉਹਨਾਂ ਨੂੰ ਵੜਨ ਦੇ ਰਹੇ ਪਿੰਡਾਂ 'ਚ, ਤਿੰਨਾਂ ਦਾ ਹੀ ਵਿਰੋਧ ਆ, ਕਾਂਗਰਸ ਨੂੰ ਕਾਂਗਰਸੀ ਹਰਾ ਰਹੇ ਹਾਂ, ਬੀਜੇਪੀ ਨੂੰ ਬੀਜੇਪੀ ਵਾਲੇ ਹਰਾ ਰਹੇ ਹਾਂ, ਝਾੜੂ ਦਾ ਤਾਂ ਸਫਾਇਆ ਹੋ ਚੁੱਕਾ, ਮਤਲਬ ਮੇਰੇ ਮੁਕਾਬਲੇ 'ਚ ਦਲ ਬਦਲੂ ਉਮੀਦਵਾਰ ਹੈਗੇ ਆ। ਸੋ ਮੈਂ ਤਾਂ ਅੱਜ ਉਹਨਾਂ ਨੂੰ ਚੈਲੰਜ ਕਰਿਆ ਵੀ ਆ 5 ਕੁਸ਼ਚਨ ਪੁੱਛੇ ਆ ਵੀ ਤੁਸੀਂ ਜਵਾਬ ਦਿਓ, ਮੇਰੇ ਤੋਂ ਪੁੱਛੋ ਮੇਰੀ ਕਾਰਗੁਜ਼ਾਰੀ, ਮੇਰੇ ਤੋਂ ਪੁੱਛੋ ਮੇਰਾ ਕਿਰਦਾਰ, ਆਪਣਾ ਕਿਰਦਾਰ ਔਰ ਕਾਰਗੁਜ਼ਾਰੀ ਲੋਕਾਂ ਸਾਹਮਣੇ ਰੱਖੋ ਤਾਂ ਕਿ ਲੋਕ ਫੈਸਲਾ ਕਰਨ ਵੀ ਕਿਹੜਾ ਉਮੀਦਵਾਰ ਵਧੀਆ ਹੈਗਾ। ਮੈਂ ਤਾਂ ਅੱਜ ਵੀ ਇੱਥੇ ਵੀ ਬੇਨਤੀ ਕਰੀ ਆ ਵੀ ਮੈਨੂੰ ਨਹੀਂ, ਤਿੰਨੇ ਕੈਂਡੀਡੇਟਾਂ ਦਾ ਕਿਰਦਾਰ ਦੇਖੋ, ਕਾਰਗੁਜ਼ਾਰੀ ਦੇਖੋ, ਕੰਪੇਅਰ ਕਰੋ, ਫਿਰ ਵੋਟ ਪਾਓ। ਜੇ ਇਸ ਤਰ੍ਹਾਂ ਫੈਸਲੇ ਕਰਦੇ ਆ ਨਾ ਪੰਜਾਬ ਦੇ ਲੋਕ, ਫਿਰ ਹਰੇਕ ਉਮੀਦਵਾਰ ਨੂੰ ਲੋਕਾਂ ਕੋਲ ਆਉਣਾ ਪੈਣਾ, ਉਹਨਾਂ ਦੇ ਮਸਲੇ ਹੱਲ ਕਰਨੇ ਪੈਣੇ ਆ, ਨਹੀਂ ਤਾਂ ਦੋ ਵਾਰੀ ਮੂਰਖ ਬਣਾ ਕੇ ਸਰਕਾਰ ਬਣਾ ਕੇ ਮੁੜ ਕੇ ਕੁਛ ਵੀ ਨਹੀਂ ਕਰਿਆ। ਥੈਂਕ ਯੂ, ਸ਼ੁਕਰੀਆ। ਸੋ ਗੱਲਬਾਤ ਅਸੀਂ NK ਸ਼ਰਮਾ ਜੀ ਦੇ ਨਾਲ ਕਰ ਰਹੇ ਸੀਗੇ, ਜਿਨ੍ਹਾਂ ਦੀ ਕੰਪੇਨਿੰਗ ਜਿਹੜੀ ਹੈ ਚੱਲ ਰਹੀ ਆ ਪਟਿਆਲਾ ਲੋਕ ਸਭਾ ਹਲਕਾ ਤੋਂ। ਮੌਕਾ ਮਿਲਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਇਸ ਤੋਂ ਪਹਿਲਾਂ ਡੇਰਾ ਬਸੀ ਤੋਂ ਉਹਨਾਂ ਨੇ ਵਿਧਾਨ ਸਭਾ ਚੋਣ ਲੜੀ ਸੀ, ਪਰ ਉਹ ਇਸ ਵਾਰੀ ਚੋਣ ਹਾਰ ਗਏ ਸੀਗੇ। ਇਸ ਤੋਂ ਪਹਿਲਾਂ ਉਹ ਜ਼ਰੂਰ MLA ਰਹੇ ਸੀਗੇ, ਇਸ ਵਾਰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਪਾਰਲੀਮੈਂਟ 'ਚ ਭੇਜਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਊਗੀ, ਜਿਸ ਤਰ੍ਹਾਂ ਦੇ ਨਾਲ ਕੰਪੇਨਿੰਗ ਕਰ ਰਹੇ। ਅਤੇ NK ਸ਼ਰਮਾ ਦਾ ਇਹ ਦਾਅਵਾ ਹੈ ਕਿ ਉਹਨਾਂ ਦਾ ਮੁਕਾਬਲਾ ਉਹ ਕਿਸੇ ਦੇ ਨਾਲ ਉਹ ਆਪਣਾ ਨਹੀਂ ਮੰਨਦੇ, ਕਿਉਂਕਿ ਜਿੱਥੇ ਉਹ ਲੋਕਾਂ 'ਚ ਜਿੰਨਾ ਵਿਚਰ ਰਹੇ ਨੇ ਉਨਾ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਜਿਹੜੇ ਹੋਰ ਕੈਂਡੀਡੇਟਸ ਨੇ, ਡਾਕਟਰ ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ, ਮਹਾਰਾਣੀ ਪ੍ਰਨੀਤ ਕੌਰ BJP ਤੋਂ, ਅਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਾਂਗਰਸ ਤੋਂ ਨੇ, ਤਾਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ, ਇਸ ਕਰਕੇ ਕਾਫੀ ਕੌਨਫੀਡੈਂਟ ਨੇ। ਦੇਖਣ ਵਾਲੀ ਗੱਲ ਹੋਊਗੀ ਪਟਿਆਲਾ ਦੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਨਾਲ ਆਪਣਾ ਫੈਸਲਾ ਸੁਣਾਉਣਗੇ। ਪਟਿਆਲਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਕੈਂਪੇਨਿੰਗ ਦੀ, ਆਪਣੀ ਰੈਲੀ ਦੀ ਵੀ ਸ਼ੁਰੂਆਤ ਕੀਤੀ ਹੈ। ਸੋ ਪਟਿਆਲਾ ਬੇਹੱਦ ਚਰਚਿਤ ਸੀਟ ਹੈ, ਸੋ ਹੁਣ ਨਿਗਾਹਾਂ 13 ਸੀਟਾਂ ਦੇ ਟਿਕੀਆਂ ਹੋਈਆਂ ਨੇ, ਅਤੇ ਪਟਿਆਲਾ ਦੇ ਲੋਕ ਕਿਸ ਤਰ੍ਹਾਂ ਦੇ ਨਾਲ ਆਪਣਾ ਫੈਸਲਾ ਸੁਣਾਉਣਗੇ 1 ਜੂਨ ਨੂੰ, ਇਸ ਦਾ ਜ਼ਰੂਰ ਪਤਾ ਲੱਗੂਗਾ। ਪਟਿਆਲਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।